ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਦਾਬ। ਅੱਜ ਅਸੀਂ ਆਏ ਹੋਏ ਹਾਂ ਦਿੱਲੀ ਅਤੇ ਅਸੀਂ ਇੱਥੇ 3-4 ਦਿਨ ਰੁਕਾਂਗੇ ਅਤੇ ਇੱਥੇ ਅਸੀਂ ਸਾਰੀਆਂ ਫੇਮਸ ਪਲੇਸਿਸ ਕਵਰ ਕਰਾਂਗੇ। ਬਣੇ ਜੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਅਤੇ ਸਾਡੀ ਦਿੱਲੀ ਦੀ ਸੀਰੀਜ਼ ਜਾਂ ਪਲੇਲਿਸਟ ਪੂਰੀ ਜ਼ਰੂਰ ਦੇਖਿਓ। ਜਿਹੜੀ ਆਪਾਂ ਸਟਾਰਟਿੰਗ ਆ ਨਾ, ਆਪਾਂ ਸਟਾਰਟਿੰਗ ਗੁਰਦੁਆਰਾ ਸਾਹਿਬ ਤੋਂ ਕਰਾਂਗੇ, ਗੁਰਦੁਆਰਾ ਬੰਗਲਾ ਸਾਹਿਬ ਤੋਂ ਸਟਾਰਟਿੰਗ ਕਰਾਂਗੇ ਆਪਣੇ ਇਸ ਬਲੌਗ ਦੀ ਜੀ, ਇਸ ਪੂਰੇ ਸਫ਼ਰ ਦੀ ਜੀ, ਦਿੱਲੀ ਦੇ ਦੀ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਚੰਗੀ ਲੱਗਦੀ ਆ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ, ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਆਏ ਹਾਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਅੱਜ ਉਹ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ। ਇਹ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜਾ ਰਹੇ ਹਾਂ ਜੀ। ਅੰਦਰ ਐਂਟਰ ਹੋ ਕੇ ਇਹ ਸਾਈਡ ਦੇ ਉੱਤੇ ਦੇਖੋ ਤੁਸੀਂ ਕਿੰਨੇ ਗ੍ਰੀਨਰੀ ਆ, ਬੂਟੇ ਲੱਗੇ ਹੋਏ ਨੇ। ਸਿੱਧਾ ਜਾਂਦਾ ਰੋਡ ਅੰਦਰ ਨੂੰ, ਇਹ ਪੈਦਲ ਆਪਾਂ ਅੰਦਰ ਨੂੰ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਵੱਲ ਨੂੰ ਜੀ, ਦਰਸ਼ਨ ਕਰਨ। ਇਹ ਗੁਰਦੁਆਰਾ ਸਾਹਿਬ ਦੇ ਆਪਾਂ ਜਦੋਂ ਅੰਦਰ ਨੂੰ ਐਂਟਰ ਹੋਣਾ, ਉਹ ਤੋਂ ਪਹਿਲਾਂ ਨਾ ਛਬੀਲ ਆ ਠੰਡੇ ਪਾਣੀ ਦੀ ਜੀ, ਇੱਥੋਂ ਆਪਾਂ ਆਪਣੀ ਪਿਆਸ ਬੁਝਾ ਸਕਦੇ ਹਾਂ ਠੰਡਾ ਜਲ ਛੱਕ ਕੇ ਜੀ। ਗੁਰਦੁਆਰਾ ਸਾਹਿਬ ਦੇ ਅੰਦਰ ਹੋਸਪਿਟਲ ਵੀ ਬਣਿਆ ਹੋਇਆ, ਜਿਹਦਾ ਨਾਮ ਗੁਰੂ ਹਰਕ੍ਰਿਸ਼ਨ ਪੋਲੀ ਕਲੀਨਿਕ ਹੈ। ਇੱਥੇ ਬਹੁਤ ਹੀ ਘੱਟ ਰੇਟਾਂ ਉੱਪਰ ਬੋਡੀ ਟੈਸਟ ਕੀਤੇ ਜਾਂਦੇ ਹਨ। ਜੇ ਕੋਈ ਵੀ ਲੋੜਵੰਦ ਇੱਥੇ ਟੈਸਟ ਕਰਾਉਣਾ ਚਾਹੁੰਦਾ ਹੈ ਤਾਂ ਇੱਥੇ ਆ ਕੇ ਕਰਵਾ ਸਕਦਾ ਹੈ। ਇਹ ਆ ਜੀ ਸਾਹਮਣੇ ਜੋੜਾ ਘਰ ਜੀ, ਇੱਥੇ ਜੋੜਾ ਲਾਉਣਾ ਪੈਂਦਾ ਜੀ, ਜ਼ਰੂਰੀ ਆ। ਜੋੜਾ ਲਾ ਕੇ ਹੱਥ ਪੈਰ ਚੰਗੀ ਤਰ੍ਹਾਂ ਧੋ ਕੇ ਫਿਰ ਅੰਦਰ ਨੂੰ ਚੱਲਦੇ ਹਾਂ ਆਪਾਂ ਦਰਸ਼ਨਾਂ ਨੂੰ ਜੀ। ਜੋੜਾ ਘਰ ਦੇ ਵਿੱਚ ਹੀ ਬਣਿਆ ਹੋਇਆ ਹੈ ਇੱਕ ਸਾਈਡ 'ਤੇ ਗੱਠੜੀ ਘਰ, ਜਿਸ ਜਗ੍ਹਾ 'ਤੇ ਤੁਸੀਂ ਆਪਣਾ ਲਗੇਜ ਅਤੇ ਹੋਰ ਸਮਾਨ ਜਮ੍ਹਾਂ ਕਰਵਾ ਸਕਦੇ ਹੋ। ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ। ਮਹਾਰਾਜ ਇਸ ਜਗ੍ਹਾ 'ਤੇ ਉਸ ਸਮੇਂ ਆਏ ਜੋ ਦਿੱਲੀ ਵਿੱਚ ਹੈਜੇ ਅਤੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਉਹਨਾਂ ਨੇ ਆਪਣੀ ਚਰਨ ਛੋਹ ਨਾਲ ਇੱਕ ਚੁਬੱਚੇ ਦੇ ਪਾਣੀ ਨੂੰ ਪਵਿੱਤਰ ਕੀਤਾ, ਜਿਸ ਨਾਲ ਲੱਖਾਂ ਲੋਕਾਂ ਦੇ ਕਸ਼ਟ ਦੂਰ ਹੋਏ ਅਤੇ ਅੱਜ ਵੀ ਉਸ ਚੁਬੱਚੇ ਦਾ ਪਾਣੀ ਪੀ ਕੇ ਲੋਕ ਤੰਦਰੁਸਤ ਹੋ ਰਹੇ ਹਨ। ਇਹ ਹੈ ਜੀ ਪਵਿੱਤਰ ਸਰੋਵਰ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਆਉਂਦੀਆਂ ਹਨ ਅਤੇ ਇਸ਼ਨਾਨ ਕਰਦੀਆਂ ਹਨ।
ਇਹ ਆ ਜੀ ਗੁਰਦੁਆਰਾ ਸਾਹਿਬ ਦੀ ਸਰਾਂ ਜਾਣੀ ਕਮਰੇ ਮਿਲਦੇ ਉਰੇ ਕਿਰਾਏ 'ਤੇ ਇੱਕ ਰਾਤ ਦਾ ਕਿਰਾਇਆ 1100 ਰੁਪਏ ਆ ਜੀ ਇਹਨਾਂ ਨੂੰ ਤੁਸੀਂ ਨਾ ਕਮਰਿਆਂ ਨੂੰ ਰੂਮਾਂ ਨੂੰ ਔਨਲਾਈਨ ਬੁੱਕ ਕਰ ਸਕਦੇ ਹੋ ਅਤੇ ਔਨਲਾਈਨ ਹੀ ਮਿਲਦੇ ਨੇ ਜੀ ਇਹ ਰੂਮ ਇਹ ਨੇ ਜੀ ਬੈੱਡ ਇਹ ਇੱਕ ਬੈੱਡ ਦਾ ਕਿਰਾਇਆ 200 ਰੁਪਏ ਆ ਇਹ ਤੁਸੀਂ ਉੱਥੇ ਜਾ ਕੇ ਹੀ ਲੈ ਸਕਦੇ ਹੋ ਜੀ ਇਹ ਨਾ ਗੁਰਦੁਆਰਾ ਸਾਹਿਬ ਦੇ ਅੰਦਰ ਕੰਟੀਨ ਬਣੀ ਹੋਈ ਆ ਇੱਥੋਂ ਤੁਸੀਂ ਕੁਛ ਵੀ ਚਾਹ ਕੌਫੀ ਠੰਡਾ ਜਾਂ ਕੁਛ ਖਾਣਾ ਜਾਂ ਖਾ ਸਕਦੇ ਹੋ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਸ ਅਸਥਾਨ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਕਿਸੇ ਨਵੇਂ ਅਸਥਾਨ 'ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ